ਅੱਧੀ ਰਾਤ ਨੂੰ ਫੈਕਟਰੀ ਦੇ ਵਿੱਚ ਵੜ ਕੇ ਚੋਰਾਂ ਨੇ ਮਸ਼ੀਨਾਂ ਦੇ ਉੱਪਰ ਲੱਗੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ। ਜੀ ਹਾਂ, ਦੱਸ ਦਈਏ ਕਿ ਕਈ ਮੋਟਰਾਂ ਮਸ਼ੀਨਾਂ ਦੇ ਉੱਪਰੋਂ ਤੇ ਉਹਨਾਂ ਨੇ ਗਾਇਬ ਕਰ ਦਿੱਤੀਆਂ ਨੇ। ਕਿਹਾ ਜਾ ਰਿਹਾ ਕਿ ਕਰੀਬ 50 ਮਿੰਟ ਦੇ ਅੰਦਰ ਹੀ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ ਕਿ ਤਿੰਨ ਚੋਰ ਫੈਕਟਰੀ ਦੇ ਅੰਦਰ ਆਉਂਦੇ ਨੇ ਤੇ ਆਉਂਦੇ ਸਾਰ ਹੀ ਦੋ ਚੋਰ ਤਾਂ ਇੱਕ ਮਸ਼ੀਨ ਦੇ ਉੱਪਰ ਲੱਗੀ ਮੋਟਰ ਨੂੰ ਖੋਲਦੇ ਨੇ, ਜਦਕਿ ਤੀਸਰਾ ਚੋਰ ਜੋ ਹੈ ਉਹ ਮਸ਼ੀਨਾਂ ਦੇ ਉੱਪਰ ਜੋ ਪੁਰਜੇ ਲੱਗੇ ਹੋਏ ਨੇ ਉਹਨਾਂ ਨੂੰ ਖੋਲਦਾ ਨਜ਼ਰ ਆ ਰਿਹਾ। ਤੇ ਕਿਹਾ ਜਾ ਰਿਹਾ ਕਿ 50 ਮਿੰਟ ਦੇ ਅੰਦਰ ਹੀ ਸਾਰੀ ਮਸ਼ੀਨਾਂ ਦੀਆਂ ਮੋਟਰਾਂ ਇਹਨਾਂ ਦੇ ਵੱਲੋਂ ਚੋਰੀ ਕਰ ਲਈਆਂ ਨੇ। ਜਾਂਦੇ ਜਾਂਦੇ ਕਿਹਾ ਜਾ ਰਿਹਾ ਕਿ ਬੋਰੀ ਦੇ ਵਿੱਚ ਪਾ ਕੇ ਇਹ ਸਾਰੀਆਂ ਮੋਟਰਾਂ ਨੂੰ ਆਪਣੇ ਨਾਲ ਲੈ ਗਏ ਨੇ, ਜਦਕਿ ਜੋ ਫੈਕਟਰੀ ਦਾ ਮਾਲਕ ਹੈ ਉਸਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ। ਤਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਅੱਧੀ ਰਾਤ ਨੂੰ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਗੱਤਾ ਫੈਕਟਰੀ ਦੱਸੀ ਜਾ ਰਹੀ ਹੈ ਤੇ ਇਸ ਫੈਕਟਰੀ ਦੇ ਅੰਦਰ ਜੋ ਮਸ਼ੀਨਾਂ ਸੀ ਉਹਨਾਂ ਦੇ ਉੱਪਰ ਮੋਟਰਾਂ ਲੱਗੀਆਂ ਸੀ, ਉਹਨਾਂ ਮੋਟਰਾਂ ਨੂੰ ਉਹ ਆਪਣੇ ਨਾਲ ਹੀ ਖੋਲ ਕੇ ਲੈ ਗਏ ਨੇ। ਤਿੰਨ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਫੈਕਟਰੀ ਦੇ ਮਾਲਕ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਮੁੰਡੇ ਸਰ ਸਵੇਰੇ ਜੋ ਜਾ ਕੇ ਆਏ ਨੇ ਤਕਰੀਬਨ 7:30-8 ਵਜੇ ਦੇ ਮੁੰਡੇ ਦਾ ਫੋਨ ਹੈ, ਮੈਂ ਲੁਧਿਆਣੇ ਰਹਿੰਦਾ ਵਾਂ, ਲੁਧਿਆਣੇ ਰਹਿਸ਼ ਆਪਣੀ, ਇੱਥੇ ਫੋਨ ਆਇਆ ਕਿ ਇੱਦਾਂ ਦਾ ਆਪਣੀ ਫੈਕਟਰੀ 'ਚ ਚੋਰੀ ਹੈ, ਇਹ 4th-5 ਵਾਰੀ ਚੋਰੀ ਹੋ ਗਈ ਆ। ਹਲੇ ਮਹੀਨਾ ਪਹਿਲੇ 18/2 ਨੂੰ ਵੀ ਚੋਰੀ ਹੋਈ ਸੀ, ਉਹਦੀ ਸਾਰੀ CCTV ਵੀਡੀਓ ਐਪਲੀਕੇਸ਼ਨ ਰਿਟਰਨ ਦੇ ਵਿੱਚ ਨਾਲ ਮੈਂ ਸਰਪੰਚ ਸਾਹਿਬ ਨੂੰ ਵੀ ਲੈ ਕੇ ਗਿਆ ਵਾਂ ਤਾਂ ਕਿ ਮੇਰੀ ਸੁਣਵਾਈ ਹੋ ਜਾਵੇ ਉੱਥੇ। ਐਪਲੀਕੇਸ਼ਨ ਲਿਖ ਕੇ ਸਾਈਡ 'ਤੇ ਰੱਖ ਦੀ, FIR ਲਾਂਚ ਨਹੀਂ ਕੀਤੀ ਹੈਗੀ, ਨਾ ਕੋਈ ਸੱਜੇ ਖੱਡੇ ਗਵਾਂਢੀਆਂ ਦੇ CCTV ਕੈਮਰੇ ਦੇਖਣ ਆਏ ਨੇ। ਮੈਂ ਗਵਾਂਢੀਆਂ ਤੋਂ ਵੀ ਕੈਮਰੇ ਦੀ ਰਿਕਾਰਡਿੰਗ ਲੈ ਕੇ ਭੇਜਦਾ ਰਿਹਾ ਇਹਨਾਂ ਨੂੰ ਕਿ ਦੇਖੋ ਇੱਧਰ ਨਹੀਂ ਗਿਆ ਚੋਰ, ਇੱਧਰ ਨਹੀਂ ਗਿਆ ਚੋਰ, ਕੋਈ ਆ ਕੇ ਬੰਦਾ ਆਪ ਮੈਂ ਤਾਂ ਕਰੀ FIR ਲਾਂਚ ਨਹੀਂ ਕੀਤੀ ਪਿਛਲੀ ਵਾਰ ਵੀ, ਆਹ ਮਹੀਨੇ ਬਾਅਦ ਫਿਰ ਉੱਦਾਂ ਹੀ ਹੋ ਗਿਆ ਜੀ, ਸੇਮ ਟੂ ਸੇਮ। ਰਾਤ ਹੋਈ ਹੈ ਚੋਰੀ ਹੁਣ? ਹਾਂ, ਰਾਤ ਨੂੰ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਹੋਈ ਹੈ। ਕੀ ਲੈ ਗਏ ਨੇ ਇੱਥੋਂ? ਇੱਥੋਂ ਜੀ ਸਰ 3 ਮੋਟਰਾਂ ਲੈ ਗਏ ਨੇ, ਬੈਰਿੰਗ, ਬਰੈਕਟਾਂ, ਕੇਬਲ, ਤਾਰਾਂ ਹੈਗੀਆਂ ਨੇ, ਪਲੱਸ ਵੈਲਡਿੰਗ ਰਾਡ, ਕੇ ਵੈਲਡਿੰਗ ਦੀ ਕੇਬਲਾਂ ਹੈਗੀਆਂ ਨੇ, ਉਹਦਾ ਹੋਲਡਰ ਹੈ, ਬਰੈਕਟਾਂ ਹੈਗੀਆਂ ਨੇ, ਬੈਰਿੰਗ ਹੈਗੇ ਨੇ, ਸਪਰਿੰਗ ਹੈਗੇ ਆ। ਮਸ਼ੀਨ ਦੇਖੋ ਪੂਰੀ ਓਵਰਆਲ ਵਾਸਤੇ ਖੋਲੀ ਸੀ, ਸਾਰਾ ਪੁਰਜਾ ਸਾਈਡ 'ਤੇ ਰੱਖਿਆ ਹੋਇਆ ਸੀ, ਸਾਰਾ ਪੁਰਜਾ ਉਹਨਾਂ ਨੇ ਤਾਂ ਲੋਹੇ ਦੇ ਕਬਾੜ ਦੇ ਵੇਚ ਦੇਣਾ, ਸਾਡੇ ਪਾਸੇ ਇਕੱਠਾ ਕਰ ਲਿਆਉਣਾ ਹੀ ਬੜਾ ਔਖਾ, ਪਲੱਸ ਫੋਰਮੈਨ ਨੂੰ ਬੁਲਾਓ ਸੈਟਿੰਗ ਕਰਾਉਣ ਵਾਸਤੇ 15 ਦਿਨ ਐਵੇਂ ਖਰਾਬ ਹੋ ਜਾਂਦੇ ਨੇ, ਲੇਬਰ ਸਾਰੇ 8-10 ਬੰਦੇ ਵਿਹਲੇ ਬੈਠੇ ਨੇ, ਅਗਲੇ 15-20 ਦਿਨ ਕੀ ਕਰਨਗੇ, ਦਿਹਾੜੀ ਤਾਂ ਮੈਨੂੰ ਪੱਲਿਓ ਦੇਣੀ ਪੈਣੀ ਹੈ ਨਾ, ਪਲੱਸ ਜਿਹੜਾ ਸਮਾਨ ਲੱਭ ਕੇ ਲਿਆਓ ਖਿੱਚ, ਕਿੰਨੀ ਔਖਾ ਕੰਮ ਹੈਗਾ ਸਰ, ਸਾਰੀ ਪਰਾਲੀ ਦੀ ਸੰਭਾਲ ਕਰੀ ਦੀ ਹੈ ਉਰੇ, ਪੂਰੇ ਸਾਰੇ ਪਿੰਡਾਂ ਦੀ, ਸਾਰੇ ਆਜੂ ਵਾਲੇ ਸਾਰੇ ਦੀ ਪਰਾਲੀ ਇਕੱਠੀ ਕਰੀ, 350-350 ਕਿਲੋ ਦੀ ਪਰਾਲੀ ਇਕੱਠੀ ਕਰੀ, ਅਤੇ ਉਹਨਾਂ ਦਾ ਫੂਕ ਦੇੜੀ ਹੈ ਮਿੰਟ ਦੇ ਵਿੱਚ, ਸਾਰੀ ਦੇਖੋ ਸਰ ਕਿੰਨੀ ਪਰਾਲੀ ਢੇਰ ਲੱਗੇ, ਫੱਟੀਆਂ ਪੁਰਾਣੀਆਂ ਬੋਰੀਆਂ ਹੋ ਗਈਆਂ, ਜਿਹੜੇ ਕਿਤੇ ਨਹੀਂ ਚੱਲਦੀਆਂ, ਅੱਗ ਲਾਉਣੀ ਲੋਕਾਂ ਨੇ, ਬਾਅਦ ਸਾਰੀ ਸੰਭਾਲ ਕਰਕੇ ਗੱਤਾ ਬਣਾਈਦਾ ਹੈਗਾ ਡੱਬੇ ਵਾਸਤੇ, ਮਿਠਾਈ ਡੱਬੇ ਵਾਸਤੇ ਜਾਂ ਹੋਰ ਪੈਕਿੰਗ ਡੇਲ ਡੱਬੇ ਵਾਸਤੇ ਡੱਬਾ ਬਣਾਇਆ, ਉਹਦਾ ਗੱਤਾ ਬਣਾਈਦਾ ਹੈਗਾ ਵਾ। ਇੰਨਾ ਟਫ ਕੰਮ ਹੈਗਾ ਕਰਦੇ ਨੇ, ਸਾਰੀ ਪੋਲਿਊਸ਼ਨ ਤੋਂ ਪੰਜਾਬ ਨੂੰ ਕਿੰਨਾ ਬਚਾਉਂਦੇ ਹਾਂ, ਸਾਡਾ ਵੀ ਤਾਂ ਕੇਅਰ ਕਰਨ ਵਾਲਾ ਹੋਵੇ ਨਾ, ਇੰਨੇ ਦੁਖੀ ਹੋ ਗਏ, ਪੜ੍ਹੇ ਲਿਖੇ ਅਸੀਂ ਇੰਡਸਟਰੀ ਲਗਾਉਣੀ, ਇੰਡਸਟਰੀ ਬੰਦਾ ਕੀ ਲਗਾਊਗਾ, ਕਿੰਨਾ ਨੁਕਸਾਨ, ਕਿੰਨਾ ਕੁ ਹੋਇਆ ਤਕਰੀਬਨ 70-80 ਹਜ਼ਾਰ ਦਾ ਨੁਕਸਾਨ ਹੋਣਾ ਸਰ ਸਾਰਾ ਮਿਲਾ। ਕੋਈ ਫੈਕਟਰੀ ਦੇ ਵਿੱਚ ਹੁੰਦਾ ਨਹੀਂ ਗਾ, ਪੈਕਿੰਗ ਦੇ ਵਿੱਚ ਹੈਗੇ ਕੁਆਟਰ ਬਣੇ ਹੋਏ, ਮੁੰਡੇ ਸੁੱਤੇ ਹੋਏ ਸੀਗੇ ਰਾਤ ਨੂੰ, ਲੇਕਿਨ ਰਾਤ ਨੂੰ 12 ਵਜੇ ਤੱਕ ਮੰਨ ਲਓ ਕੰਮ ਕੀਤਾ ਉਹਨਾਂ ਨੇ, ਉਹ ਥਕਾਵੇ ਟੁੱਟੇ ਹੁੰਦੇ ਨੇ, ਇੰਨੀ ਨੀਂਦ ਸੁੱਤੇ ਹੁੰਦੇ ਨੇ, ਨਹੀਂ ਪਤਾ ਲੱਗੇ, ਉਹ ਚੋਰ ਬੜੇ ਪਿਆਰ ਨਾਲ ਕਦਮ ਰੱਖ ਰੱਖ ਕੇ ਸਾਰੀ ਵੀਡੀਓ ਹੈਗੀ, ਬੜੇ ਉਹਨਾਂ ਨੇ ਆਰਾਮ ਨਾਲ ਆਵਾਜ਼ ਵੀ ਨਾ ਚੱਲ ਜੇ, ਬੜੇ ਪ੍ਰੋਫੈਸ਼ਨਲ ਚੋਰ ਹੈਗੇ ਨੇ, ਇਹਦਾ ਮਤਲਬ CCTV ਹੈਗੀ ਹੈ? ਹਾਂਜੀ CCTV ਹੈਗੀ। ਕੋਈ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ? ਹਾਂਜੀ, ਮੈਂ ਸਵੇਰੇ SHO ਸਾਹਿਬ ਨੂੰ ਫੋਨ ਕਰਤਾ ਸੀ, ਉਹਨਾਂ ਨੇ ਇੱਕ ਬੰਦਾ ਭੇਜਿਆ ਸੀਗਾ, ਉਹ ਫੈਕਟਰੀ ਦਾ ਨਾਮ ਵਗੈਰਾ ਪਤਾ ਲਿਖ ਕੇ ਚਲਾ ਗਿਆ ਮੈਂ, ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ। ਪਿਛਲੇ ਸਾਰੀ ਵੀ ਸੇਮ ਹੀ ਹੋਇਆ ਸੀਗਾ, ਉਦੋਂ ਕਿਹੜਾ ਕੋਈ FIR ਲਾਂਚ ਕੁਛ ਹੋਇਆ ਹੀ ਨਹੀਂਗਾ, ਪਿਛਲੇ ਸਾਲ ਪਿਛਲੇ ਮਹੀਨੇ ਵੀ ਤਾਂ ਸੇਮ ਚੋਰੀ ਹੋਈ ਹੈ, ਬਿਲਕੁਲ ਵੀ ਸਰ 70 ਹਜ਼ਾਰ ਨੁਕਸਾਨ ਹੋਇਆ ਵਿਆ, ਕੀ ਮਹੀਨੇ ਫਿਰ ਸਾਡੇ ਦਾ ਨੁਕਸਾਨ ਆ, ਆਪਣੀ ਤਾਂ ਇੱਕ ਟੁੱਟ ਗਈ ਹੈਗੀ, ਆਪਾਂ ਤਾਂ ਉਹਨਾਂ ਦੀ ਇੰਡਸਟਰੀ ਨਹੀਂ ਚਲਾਉਣੀ ਜਿਸ ਹਿਸਾਬ ਨਾਲ ਲੱਗਦਾ, ਆਪਾਂ ਤਾਂ ਬਹੁਤ ਦੁਖੀ ਹਾਂ, ਕਿਉਂਕਿ ਇੰਨਾ ਕੰਪਾਇਲ ਕਰਕੇ ਸਮਾਨ ਇਕੱਠਾ ਕਰੋ, ਫਿਰ ਚੋਰੀਆਂ ਕਰਨ ਥੋੜ੍ਹੀ ਬੈਠੇ ਹੈਗੇ ਹਾਂ ਇੱਥੇ ਅਸੀਂ।